प्यारे विद्यार्थियों आज मैं ਤੁਹਾਡੇ ਲਈ ਲੈ ਕੇ ਆਈ ਹਾਂ 7ਵੀਂ ਜਮਾਤ ਦਾ ਪੰਜਵਾਂ ਪਾਠ ਕਵਿਤਾ ਦੇ ਰੂਪ ਵਿੱਚ ਜਿਸ ਦਾ ਨਾਮ ਹੈ ਤਜ਼ਾਬ ਖਾਰ ਅਤੇ ਸੂਚਕ ਪਹੇਲੀ ਨੇ ਅੱਜ ਖੱਟੇ ਫਲ ਖਾਦੇ ਬੂਝੋ ਨੇ ਖਾਦਾ ਨਿੰਬੂ ਆਮਲੇ ਦਾ ਆਚਾਰ ਆਓ ਬੱਚਿਓ ਅੱਜ ਆਪਾਂ ਸਿੱਖੀਏ ਕੀ ਹੁੰਦਾ ਤਜ਼ਾਬ ਅਤੇ ਖਾਰ ਅੰਗਰੇਜ਼ੀ ਵਿੱਚ ਤੇਜ਼ਾਬ ਐਸਿਡ ਅਖਵਾਉਂਦੇ ਅਤੇ ਖਾਰਾ ਨੂੰ ਬੇਸ ਹਨ ਕਹਿੰਦੇ ਲਾਟਿਨ ਪਾਸ਼ਾ ਦੇ ਐਸ਼ੀਅਰ ਸਬ ਸ਼ਬਦ ਤੋਂ ਐਸਿਡ ਆਇਆ ਖੱਟਾ ਇਸ ਦਾ ਅਰਥ ਸਾਨੂੰ ਸਮਝਾਇਆ ਜਿਨ੍ਹਾਂ ਪਦਾਰਥਾਂ ਵਿੱਚ ਤੇਜ਼ਾਬ ਹੁੰਦੇ ਉਹ ਪਦਾਰਥ ਸਵਾਦ ਵਿੱਚ ਖੱਟੇ ਹੁੰਦੇ ਜਿਨ੍ਹਾਂ ਪਦਾਰਥਾਂ ਦਾ ਸਵਾਦ ਹੁੰਦਾ ਕੋੜਾ ਉਂਗਲੀਆਂ ਨੂੰ ਚੀਕਣਾ ਲੱਗਦਾ ਉਹ ਥੋੜਾ ਅਜਿਹੇ ਪਦਾਰਥ ਖਾਰ ਅਖਵਾਉਂਦੇ ਪਰ ਇਹ ਸਭ ਬਿਨ ਖਾਦਿਆਂ ਹੀ ਬੁਝਨੇ ਪੈਂਦੇ ਫਿਰ ਆਪਾਂ ਕਿਵੇਂ ਇਹਨਾਂ ਦਾ ਪਤਾ ਲਗਾਈਏ ਆਓ ਰਲ ਮਿਲ ਅੱਜ ਇੱਕ ਗੁੱਥੀ ਸੁਲ ਜਾਈਏ ਜਿਹੜੇ ਪਦਾਰਥ ਤਜ਼ਾਬਾਂ ਅਤੇ ਖਾਰਾਂ ਦੀ ਭਾਲ ਨੇ ਕਰਦੇ ਉਹ ਪਦਾਰਥ ਨੇ ਸੂਚਕ ਅਖਵਾਉਂਦੇ ਜਦ ਇਨਾਂ ਨੂੰ ਤੇਜ਼ਾਬੀ ਜਾਂ ਖਾਰੀ ਪਦਾਰਥ ਵਿੱਚ ਪਾਇਆ ਜਾਂਦਾ ਰੰਗ ਇਹਨਾਂ ਦਾ ਬਦਲ ਹੈ ਜਾਂਦਾ ਹਲਦੀ ਲਿਟਮਸ ਚਾਈਨਾ ਰੋਜ਼ ਕੁਝ ਤੀ સૂਚਕ ਅਖਵਾਉਂਦੇ ਫਨਾਫਥਲੀਨ ਮਿਥਾਈਲ 오ਰੇਂਜ ਵਰਗੇ ਸੂਚਕ ਮਨੁੱਖ ਦੁਆਰਾ ਬਣਾਏ ਜਾਂਦੇ ਪਹਿਲੇ ਕੁਦਰਤੀ ਸੂਚਕਾਂ ਦੀ ਵਾਰੀ ਆਈ ਜਿਨ੍ਹਾਂ ਰੰਗ ਬਦਲਨ ਦੀ ਖੇਡ ਰਚਾਈ ਲਿਟਮਸ ਸੂਚਕ ਲਿਕਨ ਤੋਂ ਬੰਦਾ ਕਸ਼ੀਦਤ ਪਾਣੀ ਵਿੱਚ ਇਸ ਦਾ ਰੰਗ ਜਾਮਨੀ ਹੁੰਦਾ ਜਦ ਇਸ ਨੂੰ ਤੇਜ਼ਾਬੀ ਕੋਲ ਵਿੱਚ ਮਿਲਾਇਆ ਜਾਂਦਾ ਇਸ ਦਾ ਰੰਗ ਲਾਲ ਹੋ ਜਾਂਦਾ ਖਾਰੇ ਕੋਲ ਵਿੱਚ ਨੀਲਾ ਰੰਗ ਹੈ ਦੇਂਦੇ ਲਿਟਮਸ ਕੋਲਾ ਤੇ ਪੇਪਰ ਦੇ ਰੂਪ ਵਿੱਚ ਪਾਏ ਜਾਂਦੇ ਦੁਬਾਰਾ ਸੁਣੋ ਬੱਚਿਓ ਤੇਜ਼ਾਬਾਂ ਦੀ ਹੈ ਇਹ ਪਹਿਚਾਨ ਇਹ ਨੀਲੇ ਲਿਟਮਸ ਨੂੰ ਲਾਲ ਕਰ ਜਾਣ ਲਾਲ ਲਿਟਮਸ ਤੇ ਨਾ ਕੋਈ ਪ੍ਰਭਾਵ ਪਾਉਣ ਖਾਰਾਂ ਲਾਲ ਲਿਟਮਸ ਨੂੰ ਨੀਲਾ ਕਰਦੀਆਂ ਨੀਲੇ ਲਿਟਮਸ ਦਾ ਇਹ ਰੰਗ ਨਾ ਬਦਲਦੀਆਂ ਜਿਹੜੇ ਕੋਲ ਦੋਵੇਂ ਲਿਟਮਸ ਵਿੱਚ ਕੋਈ ਬਦਲਾਵ ਨਾ ਲਿਉਣ ਅਜੇ ਹੀ ਕੋਲ ਉਦਾਸੇਨ ਕੋ ਲਖਵਾਂਣ ਹਲਦੀ ਸੂਚਕ ਵੀ ਕਰੇ ਕਮਾਲ ਖਾਰਾ ਦਾ ਰੰਗ ਕਰ ਦੇਵੀ ਲਾਲ ਚਾਈਨਾ ਰੋਜ਼ ਦੇ ਫੁੱਲਾਂ ਦਾ ਸੂਚਕ ਖਾਰੀ ਕੋਲਾਂ ਨੂੰ ਹਰਾ ਕਰ ਦਿੰਦਾ ਤਜ਼ਾਬਾਂ ਨਾਲ ਗੂੜਾ ਗੁਲਾਬੀ ਰੰਗ ਸਬਦੇ ਮਨ ਨੂੰ ਹੈ ਪਾਉਂਦਾ ਬਨਾਉਟੀ ਸੂਚਕ ਫਿਨਾਫਥਲੀਨ ਤੇਜ਼ਾਬਾਂ ਨਾਲ ਰਹਿੰਦੇ ਰੰਗਹੀਨ ਜਦ ਕੋਲ ਖਾਰੀ ਹੁੰਦਾ ਫਿਨਾਫਥਲੀਨ ਉਸ ਵਿੱਚ ਗੁਲਾਬੀ ਰੰਗ ਪਾ ਦਿੰਦਾ ਇਹ ਰੰਗਾਂ ਦੀ ਖੇਡ ਸਭ ਨੂੰ ਪਾਉਂਦੀ ਹੈ ਤੇਜ਼ਾਬਾਂ ਖਾਰਾਂ ਅਤੇ ਸੂਚਕਾਂ ਬਾਰੇ ਤੁਹਾਨੂੰ ਸਮਝਾਉਂਦੀ ਹੈ ਧੰਨਵਾਦ ਬੱਚਿਓ